ਤਾਂ ਸਮਝ ਜ਼ੀਰਕਪੁਰ ਦੇ ਚੰਡੀਗੜ੍ਹ ਸਿਟੀ ਸੈਂਟਰ ਦੇ ਵਿੱਚ ਮੌਜੂਦ ਆ ਜਿੱਥੇ ਚੌਥੀ ਮੰਜ਼ਲ ਤੋਂ ਇੱਕ ਕੁੜੀ ਨੇ ਜਿਹੜੀ ਹੈ ਛਾਲ ਮਾਰ ਦਿੱਤੀ ਹੈ ਦੱਸ ਦਈਏ ਕਿ ਪੁਲਿਸ ਵੱਲੋਂ ਅੱ체ਕ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਉਸ ਕੁੜੀ ਨੇ ਡਰ ਦੇ ਮਾਰੇ ਹੈਗੇ ਚੌਥੀ ਮੰਜ਼ਲ ਤੋਂ ਜਿਹੜੀ ਹੈਗੀ ਆ ਛਾਲ ਮਾਰ ਦਿੱਤੀ ਹੈ ਫਿਲਹਾਲ ਕੁੜੀ ਨੂੰ ਨਜ਼ਦੀਕੀ ਜਿਹੜੇ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈਗਾ ਤੇ ਦੱਸ ਦਈਏ ਪੂਰਾ ਇਹ ਇਹ ਪੂਰਾ ਇਹ ਕੰਪਲੈਕਸ ਆ ਜਿੱਥੇ ਚੰਡੀਗੜ੍ਹ ਸਿਟੀ ਸੈਂਟਰ ਦੀ ਗੱਲ ਕਰ ਲਈਏ ਜਿੱਥੇ ਇਹ ਜਿਹੜਾ ਸਪਾ ਸੈਂਟਰ ਸਪਾ ਐਂਡ ਵੈਲਨੈਸ ਸੈਂਟਰ ਆ ਜਿਹ ਓਨਲਾਈਨ ਸਪਾ ਸੈਂਟਰ ਜਿਹੜਾ ਚੱਲ ਰਿਹਾ ਸੀਗਾ ਚੌਥੀ ਮੰਜ਼ਲ ਦੇ ਜਿੱਥੇ ਪੁਲਿਸ ਕਿਸੇ ਮੁਖਬਰ ਦੀ ਇਤਲਾਹ ਦੇ ਉੱਪਰ ਆਉਂਦੀ ਹੈ ਤੇ ਇੱਥੇ ਜਾ ਕੇ ਜਦੋਂ ਚੈੱਕ ਕਰਦੀ ਹੈ ਕਿ ਕਿਸੇ ਪ੍ਰਕਾਰ ਦਾ ਕੋਈ ਗਲਤ ਕੰਮ ਤਾਂ ਨਹੀਂ ਚੱਲ ਰਿਹਾ ਤਾਂ ਇੱਥੇ ਜਿਹੜੀ ਹੈਗੀ ਪੁਲਿਸ ਪਹੁੰਚਦੀ ਹੈ ਤਾਂ ਉੱਥੇ ਛਾਪਾ ਮਾਰਦੀ ਹੈ ਤਾਂ ਜਾ ਕੇ ਦੇਖੋ ਪਹੁੰਚਦੀ ਹੈ ਤਾਂ ਉਸ ਜਿਹੜੀ ਲੜਕੀ ਹੈ ਉਸਨੇ ਜਿਹੜੀ ਹੈਗੀ ਚੌਥੀ ਮੰਜ਼ਲ ਛਾਲ ਮਾਰ ਦਿੱਤੀ ਹੈ ਹਲੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ ਕਿ ਕਿਹੜੇ ਕਾਰਨਾਂ ਕਰਕੇ ਆ ਕੀ ਗੱਲ ਕੀ ਉਹ ਕੁੜੀ ਕਿਸੇ ਤੋਂ ਕਿਸੇ ਡਰ ਦੇ ਕਾਰਨ ਉਸਨੇ ਛਾਲ ਮਾਰ ਦਿੱਤੀ ਹੈ ਜਾਂ ਕੀ ਕਾਰਨ ਰਹੇ ਨੇ ਜਾਂ ਕੀ ਇੱਥੇ ਕੁਝ ਅਜਿਹਾ ਚੱਲ ਰਿਹਾ ਸੀਗਾ ਤਾਂ ਹੋਰ ਵੀ ਸਪਾਸੈਂਟਰ ਇੱਥੇ ਨੀਅਰਬਾਈ ਚੱਲ ਰਹੇ ਨੇ ਇਸ ਸਿ ਤੇ ਕੀ ਚੱਲ ਰਿਹਾ ਹੈਗਾ ਜਿਸ ਤੇ ਕਾਰਨ ਉਸ ਕੁੜੀ ਨੂੰ ਜਿਹੜੀ ਇੱਕਦਮ ਛਾਲ ਮਾਰਨੀ ਪੈ ਗਈ ਆ ਤਾਂ ਜਰੂਰ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਸਾਹਮਣੇ ਆਉਂਦੀਆਂ ਨੇ ਸਪਾ ਸੈਂਟਰ ਹਰ ਇੱਕ ਸ਼ਹਿਰ ਦੇ ਵਿੱਚ ਚੱਲਦੇ ਨੇ ਪਰ ਅਜਿਹੀ ਚੀਜ਼ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੁਲਿਸ ਵੱਲੋਂ ਜਦੋਂ ਰੇਡ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਨੇ ਸਾਹਮਣੇ ਆਉਂਦੀਆਂ ਨੇ ਕਈ ਵਾਰ ਲੜਕੇ ਲੜਕੀਆਂ ਵੀ ਫੜੇ ਜਾਂਦੇ ਨੇ ਕੋਈ ਗਲਤ ਕੰਮ ਕਰਦੇ ਵੀ ਨਜ਼ਰ ਆਉਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਜਦੋਂ ਇੱਕ ਲੜਕੀ ਨੇ ਛਾਲ ਮਾਰ ਦਿੰਦੀ ਹੈ ਤਾਂ ਉਸਨੇ ਆਪਣੀ ਜ਼ਿੰਦਗੀ ਦੀ ਵੀ ਪਰਵਾਹ ਨਹੀਂ ਕੀਤੀ ਤਾਂ ਵੱਡੇ ਸਵਾਲ ਜ਼ਰੂਰ ਪੈਦਾ ਹੁੰਦੇ ਨੇ ਉਸ ਸਮੇਂ ਕਿ ਜਦੋਂ ਅਜਿਹਾ ਕੰਮ ਹੋ ਰਿਹਾ ਹੁੰਦਾ ਤਾਂ ਉਸ ਸਮੇਂ ਪਹਿਲਾਂ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਿ ਕੋਈ ਚੰਗਾ ਮਾੜਾ ਕੰਮ ਚੱਲ ਰਿਹਾ ਸੀ ਜਾਂ ਕੋਈ ਗਲਤ ਕੰਮ ਕਰ ਰਹੇ ਸੀ ਜਿਸ ਕਾਰਨ ਉਸ ਨੂੰ ਛਾਲ ਮਾਰਨੀ ਪੈਗੀ ਤਾਂ ਹਲੇ ਕਾਰਨ ਦਾ ਨਹੀਂ ਪਤਾ ਲੱਗ ਸਕਿਆ ਫਿਲਹਾਲ ਲੜਕੀ ਜਿਹੜੀ ਆ ਨੀਅਰ ਬਾਈ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦੇ ਵਿੱਚ ਦੱਸਣ ਦੋ ਕਿ ਸਿਰ ਦੇ ਉੱਪਰ ਸੱਟਾਂ ਲੱਗੀਆਂ ਨੇ ਹੱਥ ਪੈਰਾਂ ਦੇ ਉੱਪਰ ਤੇ ਲੱਤਾਂ ਦੇ ਉੱਪਰ ਜਿਹੜੀਆਂ ਸੱਟਾਂ ਲੱਗੀਆਂ ਨੇ ਤਾਂ ਕਾਫੀ ਜ਼ਿਆਦਾ ਹਲੇ ਜਿਹੜੀ ਹੈਗਾ ਜ਼ਖਮੀ ਹਾਲਾਤ ਦੇ ਵਿੱਚ ਦੱਸੀ ਜਾ ਰਹੀ ਹੈ ਤਾਂ ਤਸਵੀਰਾਂ ਤੁਹਾਡੇ ਤਰਾ ਜਿਹੜਾ ਹੈਗਾ ਲੜਕੀ ਨੂੰ ਲਜਾਇਆ ਜਾ ਰਿਹਾ ਹੈਗਾ ਔਰ ਡਾਕਟਰਾਂ ਵੱਲੋਂ ਜਿਹੜਾ ਹੈਗਾ ਉਹਨੂੰ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈਗਾ ਤਾਂ ਇਸ ਦਿਨ ਮੇਰੀ ਜਿਹੜੀ ਵੱਡੀ ਖਬਰ ਇਹ ਹੀ ਦੱਸ ਤਰੀਏ ਕਿ ਚੌਥੀ ਮੰਜ਼ਲ ਤੋਂ ਇੱਕ ਸਪਾ ਸੈਂਟਰ ਦੇ ਵਿੱਚ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਹੈ ਤੇ ਚੌਥੀ ਮੰਜ਼ਲ ਤੋਂ ਇੱਕ ਲੜਕੀ ਨੂੰ ਜਿਹੜੀ ਹੈਗਾ ਛਾਲ ਮਾਰਨੀ ਪੈ ਜਾਂਦੀ ਹੈ ਤਾਂ ਕੀ ਕਾਰਨ ਰਹੇ ਹੈਗੇ ਕਿ ਇਹ ਹਲੇ ਆਉਣ ਵਾਲਾ ਸਮਾਂ ਦੱਸੂਗਾ ਕਿ ਕਿਹੜੇ ਕਾਰਨਾਂ ਕਰਕੇ ਉਸ ਲੜਕੀ ਨੇ ਜਿਹੜੀ ਛਾਲ ਮਾਰੀ ਆ ਪਰ ਫਿਲਹਾਲ ਜੋ ਇਹ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਇਹੀ ਉਹ ਸਿਟੀ ਸੈਂਟਰ ਹੈ ਜਿਹੜਾ ਚੰਡੀਗੜ੍ਹ ਸਿਟੀ ਸੈਂਟਰ ਜੋ ਜ਼ੀਰਕਪੁਰ ਦੇ ਵਿੱਚ ਮੌਜੂਦ ਹੈ ਜ ਕੈਮਰਾ ਪਰਸਨ ਅਸ਼ਵਨੀ ਦੇ ਨਾਲ ਕਰਨਵੀ ਸਿੰਘ ਰੰਦਾਵਾ ਔਨ 에ਅਰ ਜਿਰਕਪੁਰ